ਤੇ ਜਿਹੜਾ ਉਹ ਆਪਣੀ ਸੇਲ ਕਰਕੇ ਉਹਦੇ ਅਗੇਂਸਟ ਤੋਂ ਖਰਚੇ ਕੱਢ ਕੇ ਜਿਹੜਾ ਉਹਨੂੰ ਪ੍ਰੋਫਿਟ ਨੈਟ ਬਚਦਾ ਹੈ, ਜਿਹੜੀ ਉਹਦੀ ਇਨਕਮ ਬਚਦੀ, ਉਹਦੇ 'ਤੇ ਸਾਲ ਦੇ ਬਾਅਦ ਟੈਕਸ ਦਿੰਦਾ। ਅਤੇ ਜਿਹੜਾ ਇਨਡਾਇਰੈਕਟ ਟੈਕਸ ਹੈਗਾ ਉਹ ਇੰਪੋਰਟ ਸਟੇਜ 'ਤੇ ਜਾਂ ਦੂਜਾ ਆਪਣਾ ਡਿਊਰਿੰਗ ਦੇ ਬਿਜ਼ਨਸ ਸੇਲਸ ਟੈਕਸ ਦੇ ਰੇਟ ਦੇ ਮੁਤਾਬਿਕ ਟੈਕਸ ਦੇ ਦਿੰਦਾ। ਠੀਕ ਹੈ। ਅਤੇ ਸੈਲਰੀ ਤਿੰਨ ਕਿਸਮ ਦੇ ਟੈਕਸ ਨੇ, ਅਤੇ ਇਹਨਾਂ ਦਾ ਵਸੂਲੀ ਦਾ ਤਰੀਕੇਕਾਰ ਕੀ ਹੈ? ਵਸੂਲੀ ਦਾ ਤਰੀਕੇਕਾਰ ਬੇਸਿਕਲੀ ਇਨਕਮ ਟੈਕਸ ਦਾ ਤਰੀਕੇਕਾਰ ਹੈਗਾ ਕਿ ਇਨਸਾਨ ਇੱਕ ਤਾਂ ਜਿਸ ਤਰ੍ਹਾਂ ਸੈਲਰੀ ਕਲਾਸ ਹੈਗੀ ਹੈ, ਅਸੀਂ ਰਿਸ਼ੇ ਹੈਗੇ ਆ, ਇੱਕ ਤਾਂ ਹੈ ਕਿ ਸਾਲ ਤੋਂ ਬਾਅਦ ਉਹ ਆਪਣੀ ਇਨਕਮ ਜਿਹੜੀ ਉਹਦੀ ਗਈ ਉਹ ਕੱਢ ਕੇ ਉਹਦੇ 'ਤੇ ਆਪਣੀ ਟੈਕਸ ਡਿਟਰਮੀਨੇਸ਼ਨ ਕਰ ਲੈਂਦਾ ਆਪਣੀ ਲਾਇਬਿਲਿਟੀ ਦੀ, ਅਤੇ ਆਪਣੇ ਗੁਸ਼ਵਾਰੇ ਦੇ ਨਾਲ ਦੇ ਦਿੰਦਾ। ਲੇਕਿਨ ਕੁਝ ਕੇਸਾਂ ਹੈ ਜਿੱਥੇ ਇਨਕਮ ਦੀ ਖਾਸ ਅਕਸਾਮ ਹੈਗੀਆਂ ਨੇ, ਉਹਦਾ ਟੈਕਸ ਨਾਲ ਨਾਲ ਕੱਟਿਆ ਵੀ ਜਾਂਦਾ। ਹਰ ਸਾਲ ਦੇ ਦੌਰਾਨ ਜਿਵੇਂ ਸਾਡਾ ਤਨਖਾਹ ਦੇ ਉੱਤੇ ਹਰ ਮਹੀਨੇ ਕੁਛ ਨਾ ਕੁਛ ਟੈਕਸ ਕੱਟਿਆ ਜਾਂਦਾ। ਅਤੇ ਜਿਹੜੇ ਵੱਡੇ ਟੈਕਸ ਗੁਜ਼ਾਰ ਨੇ ਉਹਨਾਂ ਦਾ ਡਿਪਾਰਟਮੈਂਟ ਸਾਲ ਦੇ ਚਾਰ ਕਿਸ਼ਤਾਂ ਤਿੰਨ ਤਿੰਨ ਮਹੀਨੇ ਦੇ ਬਾਅਦ ਐਡਵਾਂਸ ਟੈਕਸ ਦੇ ਤੌਰ 'ਤੇ ਪੈਸਾ ਲੈ ਲੈਂਦੇ।